ਪੁਲਿਸ ਵੱਲੋਂ ਸਰਹੱਦੀ ਖੇਤਰ ਬਮਿਆਲ ਦੇ ਵਿੱਚ ਚਲਾਇਆ ਗਿਆ ਸਰਚ ਅਭਿਆਨ ਬੀਤੀ ਰਾਤ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਪਾਸਿਓਂ ਆਂਦਾ ਵੇਖਿਆ ਸੀ ਡਰੋਨ ਬੀਐਸਐਫ ਜਿਸ ਨੇ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਓਂ ਇੱਕ ਡਰੋਨ ਆਂਦਾ ਵੇਖਿਆ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਅਤੇ ਸਵੇਰ ਤੋਂ ਹੀ ਪੁਲਿਸ ਵੱਲੋਂ ਬਮਿਆਲ ਸੈਕਟਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਰਚ ਚਲਾਈ ਜਾ ਰਹੀ ਹੈ ਅਤੇ ਬਮਿਆਲ ਦਾ ਚੱਪਾ-ਚੱਪਾ ਛਾਣਿਆ ਜਾ ਰਿਹਾ ਹੈ ਇਸੇ ਕੜੀ ਦੇ ਤਹਿਤ ਪੁਲਿਸ ਵੱਲੋਂ ਤਰਨਾਹ ਨਾਲਾ ਜੋ ਕਿ ਬਿਲਕੁਲ ਪਾਕਿਸਤਾਨ ਦੇ ਨਾਲ ਪੰਡਾ ਹੈ ਅਤੇ ਭਾਰਤ ਦੀ ਸੀਮਾ ਦੇ ਵਿੱਚ ਹੈ ਜਿਸ ਨੂੰ ਪੂਰਾ ਖੰਗਾ ਲਿਆ ਗਿਆ ਅਤੇ ਪੁਲਿਸ ਵੱਲੋਂ ਜਗਾ ਜਗਾ ਤੇ ਸਰਚ ਆਪਰੇਸ਼ਨ ਚਲਾ ਕੇ ਇਹ ਚੀਜ਼ ਸੁਨਿਸ਼ਚਿਤ ਕੀਤੀ ਗਈ ਕਿ ਰਾਤ ਦੇ ਸਮੇਂ ਕੋਈ ਸ਼ਰਾਰਤੀ ਅੰਸਰ ਕਿਸੇ ਤਰ੍ਹਾਂ ਦੀ ਸਮਾਨ ਨੂੰ ਇਸ ਪਾਸੇ ਨਾਲ ਸੁੱਟ ਗਿਆ ਹੋਵੇ ਜਾਂ ਡਰੋਨ ਦੇ ذریعے ਕੋਈ ਚੀਜ਼ ਇਧਰ ਨਾ ਆ ਗਈ ਹੋਵੇ ਫਿਲਹਾਲ ਰਾਤ ਦੇ ਸਮੇਂ ਬੀਐਸਐਫ ਨੇ ਜਦੋਂ ਇੱਕ ਪਾਕਿਸਤਾਨ ਵਾਲੇ ਪਾਸਿਓਂ ਕੋਈ ਲਾਈਟਿੰਗ ਚਲਦੀ ਹੋਈ ਭਾਰਤ ਵਾਲੀ ਸੀਮਾ ਦੇ ਵਿੱਚ ਆਂਦੀ ਵੇਖੀ ਤਾਂ ਉਹਨਾਂ ਨੇ ਚਾਰ ਰਾਉਂਡ ਫਾਇਰ ਕੀਤੇ ਸਨ ਜਿਸ ਤੋਂ ਬਾਅਦ ਇਹ ਲਾਈਟ ਨਹੀਂ ਮਿਲੀ ਪਰ ਰਾਤ ਤੋਂ ਹੀ ਪਹਿਲਾਂ ਬੀਐਸਐਫ ਨੇ ਬਾਰਡਰ ਦੇ ਕੰਡੇ-ਕੰਡੇ ਸਰਚ ਕੀਤੀ ਪਰ ਹੁਣ ਸਵੇਰ ਤੋਂ ਹੀ ਪੁਲਿਸ ਵੱਖ-ਵੱਖ ਜਗ੍ਹਾ ਤੇ ਸਰਚ ਆਪਰੇਸ਼ਨ ਚਲਾ ਰਹੀ ਹੈ ਤਾਂ ਕਿ ਜੇਕਰ ਇਹ ਡਰੋਨ ਭਾਰਤੀ ਸੀਮਾ ਦੇ ਵਿੱਚੋਂ ਹੋ ਕੇ ਵਾਪਸ ਗਿਆ ਹੋਵੇ ਤਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਆ ਉਹ ਇੱਧਰ ਨਾ ਸੁੱਟ ਗਿਆ ਹੋਵੇ ਜਿਸ ਨੂੰ ਲੈ ਕੇ ਜਗ੍ਹਾ-ਜਗ੍ਹਾ ਤੇ ਸਰਚ ਆਪਰੇਸ਼ਨ ਪੁਲਿਸ ਵੱਲੋਂ ਚਲਾਏ ਜਾ ਰਹੇ ਹਨ ਇਹਨਾਂ ਗੱਲਾਂ ਦਾ ਖੁਲਾਸਾ ਸੀਨੀਅਰ ਅਧਿਕਾਰੀ ਨੇ ਦਿੱਤਾ ਦੇਖੇ ਕੱਲ ਰਾਤ ਨੂੰ ਤਕਰੀਬਨ ਪੋਨੇ 8 ਵਜੇ ਬੀਐਸਐਫ 121 ਬਟਾਲੀਨ ਬੀਓਪ ਪਹਾੜੀਪੁਰ ਕੇ ਜਵਾਨੋ ਨੇ ਇੱਕ ਸੰਦੇਖ ਜੋ ਹੈ ਆਵਾਜ਼ ਸੁਣਿਆ ਅਤੇ ਉਨ੍ਹਾਂ ਨੇ ਆਕਾਸ਼ ਵਿੱਚ ਇੱਕ ਲਾਈਟ ਦੇਖੀ ਜੋਗੀ ਹਮਾਰੇ ਕੋ ਸਸਪੈਕਟ ਹੈ ਕਿ ਇੱਕ यू ए बी था जो पाक साइड न्यू जलालामंद बी ओ पी उनके हमारे सामने पड़ती है वो तो उस तरफ से आया वो जैसे ही उन्होंने ऑब्जर्व किया तो बी एस एफ ने चार राउंड फायर किया और तुरंत क्यों हमारे जो है आपस में सूचना तंत्र बहुत मजबूत है तुरंत, तुरंत उन्होंने हमारे उन्हों को सुच किया इसके बाद हमने पूरी जो सुरक्षा सुरक्षा व्यवस्था है बॉर्डर एरिया की हमारी सेकंडिफेंसेज को पूरा अलर्ट कर दिया और अपनी क्यू आर टीज़ को भी इन्फॉर्म कर दिया इसके बाद में जो है आज सवेरे पंजाब पुलिस और बी एस एफ की तरफ से एक बड़ा सर्च ऑपरेशन चलाया गया है पहाड़ी पर इलाके में जिसमें कि हमने पहाड़ीपुर इलाके का जो गैप का एरिया है उज रिवर का उसको आसपास में जो गांव पड़ते हैं उसको जो है हमने पूरी तरीके से सर्च किया है और लेकिन सर्च के दौरान में हमारे पास कोई भी ऐसी रिकवरी नहीं हुई है हो तो सकता है कि एक छोटा ड्रोन था जो कि रैकी पर्पज़ के लिए किसी और पर्पज़ से आया हो और इसमें अभी तक हमारे को कोई रिकवरी नहीं मिली है